ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਕਰੋੜਾਂ ਦੀ ਲਾਗਤ ਨਾਲ ਬਣਿਆ ਬੱਸ ਅੱਡਾ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਬੱਸ ਅੱਡੇ ਨੂੰ ਸਹੀ ਤਰੀਕੇ ਨਾਲ ਚਾਲੂ ਕੀਤਾ ਜਾਵੇ। ਫਾਜ਼ਿਲਕਾ ਦੇ ਜਲਾਲਾਬਾਦ ਹਲਕੇ ਵਿੱਚ ਖਾਲੀ ਪਈ ਇਹ ਇਮਾਰਤ ਇੱਕ ਬੱਸ ਸਟੈਂਡ ਦੀ ਹੈ। ਇੱਕ ਅਜਿਹਾ ਬੱਸ ਸਟੈਂਡ ਜੋ ਕਈ ਸਾਲਾਂ ਤੋਂ ਬੱਸਾਂ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਬੱਸ ਸਟੈਂਡ ਨੂੰ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਣਵਾਇਆ ਸੀ। ਇਸ ਵਿੱਚ ਟਿਕਟ ਖਿੜਕੀ, ਸ਼ੈੱਡ, ਟਾਇਲਟ ਤੇ ਪੀਣ ਵਾਲੇ ਪਾਣੀ ਦੇ ਸਮੇਤ ਤਮਾਮ ਸੁਵਿਧਾਵਾਂ ਦਿੱਤੀਆਂ ਗਈਆਂ ਸਨ, ਪਰ ਇਸਤੇਮਾਲ ਨਾ ਹੋਣ ਦੇ ਚਲਦਿਆਂ ਸਾਰੀਆਂ ਸੁਵਿਧਾਵਾਂ ਠੱਪ ਹੋ ਗਈਆਂ ਨੇ ਅਤੇ ਲੋਕਾਂ ਨੇ ਇਸ ਨੂੰ ਪਾਰਕਿੰਗ ਏਰੀਆ ਬਣਾ ਲਿਆ। ਉੱਥੇ ਬੱਸ ਚਾਲਕ ਬੱਸ ਸਟੈਂਡ ਦੇ ਬਾਹਰ ਸਵਾਰੀਆਂ ਉਤਾਰਦੇ ਤੇ ਚੁੱਕਦੇ ਨੇ। ਟਾਈਮ ਘੱਟ ਹੁੰਦਾ ਟੈ ਉਹਦੀ ਕਰਕੇ ਬਾਹਰੇ ਬੱਸ ਬਾਰੀ ਚੜਾ ਕੇ ਜਦੋਂ ਨਿਕਲਦੇ ਨੇ, ਜੋ ਟਾਈਮ ਹੁੰਦਾ ਉਦੋਂ ਅੰਦਰ ਵੀ ਲਾ ਲੈ ਕੇ ਨਹੀਂ ਸਮਝਦੇ ਉਹ ਤਾਂ ਮਤਲਬ ਇਹ ਸਾਰਿਆਂ 'ਤੇ ਲਾਗੂ ਹੋ ਜਾਣਾ, ਸਾਰੀਆਂ ਅੰਦਰ ਜਾਣ ਗੱਡੀਆਂ ਅਤੇ ਸਾਰੇ ਫਿਰ ਉਹ ਹਿਸਾਬ ਨਾਲ ਅੰਦਰ ਸਭ ਦੇ ਅੰਦਰ ਦੀ ਲੈ ਕੇ ਜਾਂਦੇ ਆ ਬੱਸਾਂ। ਮੈਨੂੰ ਘੱਟ ਤੋਂ 2.5 ਸਾਲ ਹੋ ਗਿਆ ਰੂਟ 'ਤੇ ਚੱਲਦੇ ਨੂੰ, ਉਦੋਂ ਦਾ ਆਹੀ ਹਾਲ ਹੈ। ਇਹੀ ਹਾਲ ਮੁਸਾਫਰਾਂ ਦਾ ਕਹਿਣਾ ਕਿ ਬੱਸ ਚਾਲਕ ਬਾਹਰ ਤੋਂ ਹੀ ਸਵਾਰੀਆਂ ਚੁੱਕਦੇ ਨੇ, ਜਿਸ ਦੇ ਚੱਲਦਿਆਂ ਬੱਸ ਸਟੈਂਡ ਦੇ ਅੰਦਰ ਸ਼ੈੱਡ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਤਪਦੀ ਗਰਮੀ ਦੇ ਵਿੱਚ ਬੱਸ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਬੱਸ ਅੰਦਰ ਨਹੀਂ ਲੈ ਕੇ ਜਾਂਦੇ ਹੈਗੇ, ਅੰਦਰ ਵਾਸ਼ਰੂਮ ਵਗੈਰਾ ਸਾਰਾ ਕੁਛ ਬੱਸ ਸਟੈਂਡ ਦਾ ਵਧੀਆ ਬਣਿਆ ਹੋਇਆ, ਫਿਰ ਵੀ ਉਹ ਬਾਹਰ ਹੀ ਰਹਿ ਕੇ ਜਾਂਦੇ ਆ। ਪਰ ਮੁਸ਼ਕਲ ਹੀ ਆ, ਧੁੱਪਾ ਜਿਹੜੇ ਬਾਹਰ ਲਿਆਉਂਦੇ ਆ ਆਪਣੇ ਪੈਸੰਜਰ ਆਉਂਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ। ਸਰਕਾਰ ਨੇ ਸਾਨੂੰ ਜੋ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ, ਜਿਵੇਂ ਕਿ ਬੱਸ ਸਟੈਂਡ ਹੈ, ਬੱਸ ਵਾਲੇ ਸਾਨੂੰ ਉੱਥੇ ਰੋਡ 'ਤੇ ਲਾ ਕੇ ਚੱਲ ਜਾਂਦੇ ਆ ਅਤੇ ਦੇਖੋ ਕਿੰਨੀ ਧੁੱਪ ਹੈ। ਉੱਧਰ ਬੱਸ ਸਟੈਂਡ ਦੀ ਦੇਖ ਰੇਖ ਤੇ ਠੇਕੇਦਾਰ ਦਾ ਕਹਿਣਾ ਕਿ ਉਹ ਘਾਟੇ ਵਿੱਚ ਹੈ, ਕਈ ਵਾਰ ਇਸ ਬਾਰੇ ਸ਼ਿਕਾਇਤ ਕਰਨ ਤੇ ਵੀ ਕੋਈ ਸੁਣਵਾਈ ਨਹੀਂ ਹੋਈ ਹੈ। ਪਹਿਲਾਂ ਕੋਈ ਇੱਕ ਅੱਧਾ ਮਹੀਨਾ ਬੱਸਾਂ ਅੰਦਰ ਆਈਆਂ ਨੇ ਅਤੇ ਉਸ ਤੋਂ ਬਾਅਦ ਇੱਥੇ ਕੋਈ ਬੱਸ ਨਹੀਂ ਅੰਦਰ ਆ ਰਹੀ। ਮੇਨ ਕਾਰਨ ਹੈ ਵੀ ਉਹਨਾਂ ਨੂੰ ਨਾ ਤਾਂ ਕੋਈ ਅਫਸਰ ਪੁੱਛਣ ਵਾਲਾ, ਨਾ ਕੋਈ ਕਮੇਟੀ ਉਹਨਾਂ ਨੂੰ ਕਹਿੰਦੀ। ਮੈਂ ਕਮੇਟੀ 'ਚ ਵੀ 2-3 ਵਾਰੀ ਲਿਖਤੀ ਦਰਖਾਸਤ ਦੇ ਚੁੱਕੀ, ਮੈਂ ਠੇਕੇ 'ਤੇ ਲਿਆ ਬੱਸ ਸਟੈਂਡ, ਮੈਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਕਿਉਂਕਿ ਜੇ ਉਹ ਬੱਸਾਂ ਇੱਥੇ ਨਹੀਂ ਆਉਂਦੀਆਂ ਤਾਂ ਉਹਨਾਂ ਦੀ ਪਰਚੀ ਨਹੀਂ ਕਟੇਂਦੀ। ਉੱਥੇ ਜਲਾਲਾਬਾਦ ਦੇ SDM ਦਾ ਕਹਿਣਾ ਹੈ ਕਿ ਇਸ ਵਾਰ ਮਾਮਲੇ ਦਾ ਸਖਤੀ ਦੇ ਨਾਲ ਨੋਟਿਸ ਲਿਆ ਗਿਆ ਹੈ। ਤੁਹਾਡੇ ਦੁਆਰਾ ਜਿਹੜੀ ਪ੍ਰੋਬਲਮ ਮੇਰੇ ਧਿਆਨ 'ਚ ਲਿਆਈ ਗਈ ਹੈ, ਇਹ ਪ੍ਰੋਬਲਮ ਪਹਿਲਾਂ ਵੀ ਸਾਡੇ ਸਾਹਮਣੇ ਆਈ ਸੀਗੀ। ਆਲਰੇਡੀ ਅਸੀਂ PRTC ਨੂੰ ਇਹਦੇ ਬਾਰੇ ਲਿਖ ਚੁੱਕੇ ਹਾਂ, ਅਸੀਂ ਇੱਕ ਵਾਰ ਫਿਰ ਇਹਨਾਂ ਨੂੰ ਇਸ ਮਸਲੇ ਨੂੰ ਡੈਪਟੀ ਕਮਿਸ਼ਨਰ ਮੈਡਮ ਦੇ ਧਿਆਨ 'ਚ ਲਿਆਵਾਂਗੇ ਅਤੇ ਜਿਹੜੀ ਵੀ ਲੋੜੀਂਦੀ ਕਾਰਵਾਈ ਹੋਏਗੀ ਉਹ ਤਾਲਮੇਲ ਕਰਕੇ ਉਹ ਕਰਾਈ ਜਾਏਗੀ। ਕਰੋੜਾਂ ਦੀ ਇਮਾਰਤ ਦੀ ਇਸ ਤਰ੍ਹਾਂ ਬੇਕਦਰੀ ਵਾਕਈ ਵੱਡੇ ਸਵਾਲ ਖੜ੍ਹੇ ਕਰਦੀ ਹੈ ਕਿ ਆਖਿਰ ਹੁਣ ਤੱਕ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਕਿਉਂ ਨਹੀਂ ਲਿਆ ਗਿਆ। ਸੁਨੀਲ ਨਾਗਪਾਲ, ਜ਼ੀ ਮੀਡੀਆ, ਫਾਜ਼ਿਲਕਾ।